السلام علیکم مرکہ تو اکو دکھنے پئے اے مانج دی کٹی نال تو دکھنے وچھی جرسی دی اے کٹی اے کھڑی وتی جرسی دی وچھی نال تو بئی کٹی دکھنے مانج دی چلو این جرسی والی وچھی دا وزٹ کر گنو او خوبصورت وچھی اے پئی تے ہلی گھا نے جردی چھوٹی اے ماشاءاللہ بہت خوبصورت بچی ہے تو اپنی دا وزر کروانے پہ مہندی والا کٹی جمعی کھڑی ہے تو آپ اندہ وزر کروانے تو آئے خوبصورت جانور پیا والا تو اپنی ماں دکھنے بہت خوبصورت گاہ ہے کھیر بھی بہت چنگا کھیر دن دی ہے وہ ہے تو آپ دکھنے تو نال تو آپ پہلے پھلے نا وزر کروا گنو یہ کچھ بڑی کٹی ہے پی یہ کچھ چھوٹی بچی ہے پی ਇਹ ਬਈਆ ਕੱਟਾ ਹੈ ਪਿਆ ਇਹ ਵੀ ਛੋਟਾ ਥੱਲੇ ਪਿਆ ਹੁਣ ਤਾਂ ਜਮੋੜੇ ਬਹੁਤ ਖੂਬਸੂਰਤ ਕੱਟਾ ਹੈ ਪਿਆ ਬਿਲਕੁਲ ਕਾਲੇ ਸਿਰਫ ਪੂਛਾ ਚਿੱਟਾ ਹੈ ਥੋੜ੍ਹਾ ਜਿਹਾ ਬਾਕੀ ਨਾ ਮੱਥੇ ਤੇ ਚਿੱਟਾ ਹੈ ਦੇਖੋ ਬਿਲਕੁਲ ਬਲਾਏ ਕਿੱਥੇ ਪਿਆ ਇਹਸਾਨ ਹਿਦਾ ਦਾ ਕੱਟਾ ਹੈ ਪਿਆ ਤਾਂ ਸਿਰਫ ਪੂਛਾ ਥੋੜ੍ਹਾ ਜਿਹਾ ਚਿੱਟਾ ਹੈ ਬਾਕੀ ਜੱਕਾ ਕਾਲਾ ਮੋਹਰੇ ਬਹੁਤ ਖੂਬਸੂਰਤ ਕੱਟਾ ਹੈ ਪਿਆ ਮੰਛੀ ਦੇ ਦਾਦਾ ਹੈ ਪਿਆ ਤਾਂ ਬਿਲਕੁਲ ਪਿਓਰ 'ਚ ਵਰਾਇਟੀ 'ਚ ਤਾਂ ਆਪਣੇ ਦਾ ਵਿਜ਼ਿਟ ਪਿਆ ਕਰਵਾਉਂਦੇ ਹੈ ਉਹ ਤਾਂ ਕੋਲ ਮੰਛੀ ਦਾ ਵਿਜ਼ਿਟ ਕਰਾਂ ਤਾਂ ਮਾਸ਼ਾਅੱਲਾ ਉਹਦੀ ਮਾਂ ਖੜੀ ਹੈ ਉੱਥੇ ਜੇ ਉਹ ਵਹਿਰ ਦੀ ਵੱਛੀ ਦੀ ਮਾਂ ਹੈ ਪਈ ਜਰਸੀ ਵਾਲੀ ਵੱਛੀ ਦੀ ਗਾਂ ਹੈ ਪਈ ਇਹੋ ਗਾਂ ਦੀ ਕੁਕੜੋ ਛੋਟੇ ਬਾਰੇ ਦੀ ਵਹਿੜੇ ਇਹ ਬਈ ਕੱਟੀ ਖੜੀ ਹੈ ਤੇ ਇਹ ਖੂਬਸੂਰਤ ਕੱਟੀ ਹੈ ਤੇ ਡੇਢ ਸਾਲ ਦੀ ਇੱਥੇ ਕੱਟੀ ਇੱਥੇ ਹੀ ਖੜੀ ਹੈ ਤਾਂ ਮਾਸ਼ਾਅੱਲਾ ਇਹ ਵੀ ਕਾਲੀ ਹੈ ਅਕਸਰਾ ਪੂਛਾ ਥੋੜ੍ਹਾ ਚਿੱਟਾ ਰੱਖਦੀ ਹੈ ਇਹ ਬਈ ਮੰਝ ਖੜੀ ਹੈ ਤੇ ਇਹ ਮੱਥੇ ਤੋਂ ਚਾਲੀ ਹੈ ਤਾਂ ਇਹ ਬਈ ਉਹਦੀ ਛੋਟ ਖੜੀ ਹੈ ਅਗਰ ਇਹ ਮੰਛਦੀ ਹੈ ਪਈ ਬਹੁਤ ਖੂਬਸੂਰਤ ਛੋਟ ਹੈ ਪਈ ਇਹਦਾ ਵਿਜ਼ਿਟ ਕਰੋ ਤਾਂ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ